ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਨੇ ਸੜਕ ਦੇ ਕਿਨਾਰੇ ਖੜ੍ਹੇ ਪੂਰੇ ਪਰਿਵਾਰ ਨੂੰ ਹੀ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਮਾਤਾ ਪਿਤਾ ਅਤੇ ਧੀ ਸੜਕ ਦੇ ਕਿਨਾਰੇ ਖੜ੍ਹੇ ਸੀ, ਪਰ ਇੱਕ ਕਾਰ ਬੇਕਾਬੂ ਹੋ ਕੇ ਆਉਂਦੀ ਹੈ ਅਤੇ ਆਉਂਦੇ ਸਾਰ ਹੀ ਉਹਨਾਂ ਨੂੰ ਕੁਚਲ ਕੇ ਰੱਖ ਦਿੰਦੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮਾਂ ਅਤੇ ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਤਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਪੂਰੇ ਪਰਿਵਾਰ ਨੂੰ ਹੀ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਇਹ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੀ, ਪਰ ਸੜਕ ਦੇ ਕਿਨਾਰੇ 'ਤੇ ਖੜ੍ਹਾ ਸੀ, ਜਿਸ ਤੋਂ ਬਾਅਦ ਇੱਕ ਬੇਕਾਬੂ ਹੋ ਕੇ ਕਾਰ ਆਉਂਦੀ ਹੈ ਅਤੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਇਹਨਾਂ ਦਾ ਬਾਈਕ ਅਤੇ ਕਾਰ ਵੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ। ਫਿਲਹਾਲ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਇਹ ਹਾਦਸਾ ਮੋਗਾ ਦੇ ਵਿੱਚ ਵਾਪਰਿਆ। ਉਹ ਮੇਰਾ ਮੁੰਡਾ ਸੀ, ਇੱਕ ਨੌਂ ਸੀਗੀ, ਇੱਕ ਪੋਤੀ ਸੀਗੀ, ਅਤੇ ਉਹ ਜਿਹੜੇ ਸਵੇਰੇ ਜਾ ਰਹੇ ਸੀਗੇ ਸਟੋਬਰੀ ਵਾਲੇ ਦੇ, ਜਾ ਕੇ ਉਹ ਖੜ੍ਹ ਗਏ, ਉਹ ਖੇਤ ਕੋਲ ਖੜ੍ਹ ਗਏ। ਉੱਧਰੋਂ ਮਾਲਕ ਆਇਆ ਅਤੇ ਉਦੋਂ ਗੱਡੀ ਆ ਗਈ, ਗੱਡੀ ਆਉਂਦੀ ਸੀ ਬਹੁਤ ਤੇਜ਼, ਅਤੇ ਉਹਨੇ ਸਰਾ ਜੀ ਉਦੋਂ ਪਤਾ ਲੱਗਾ, ਚੱਕ ਲਿਆ ਉਹਨਾਂ ਨੂੰ। ਕਾਹਦੇ 'ਤੇ ਸੀਗੇ? ਮੋਟਰਸਾਈਕਲ 'ਤੇ ਜੀ। ਖੜ੍ਹਾ ਸੀਗਾ ਉੱਥੇ ਮੋਟਰਸਾਈਕਲ? ਹਾਂਜੀ ਹਾਂ, ਮੋਟਰਸਾਈਕਲ ਖੜ੍ਹੇ ਸੀ, ਪਾਸੇ ਡੀਕਦੇ ਸੀਗੇ। ਕਿੰਨੇ ਜਣਿਆਂ ਦੀ ਮੌਤ ਹੋਈ ਹੈ? ਦੋਵਾਂ ਦੀ ਹੋਈ ਹੈ ਜੀ। ਕਿਹਦੀ ਹੋਈ ਹੈ? ਨੌਂ ਦੀ ਅਤੇ ਪੋਤੀ ਦੀ। ਪੋਤੀ ਦੀ ਮੌਤ ਜਿਹੜੀ ਪਹਿਲਾਂ ਹੋ ਗਈ? ਹਾਂ, ਪੋਤੀ ਦੀ ਪਹਿਲਾਂ ਹੋ ਗਈ, ਮੌਕੇ 'ਤੇ ਨੌਂ ਦੀ ਬਾਤ ਹੋਈ ਹੈ, ਅਤੇ ਮੁੰਡਾ ਮੇਰਾ ਜਣੇ ਦਾਖਲ ਹੈ ਬਠਿੰਡੇ। ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਨੇ ਸੜਕ ਦੇ ਕਿਨਾਰੇ ਖੜ੍ਹੇ ਪੂਰੇ ਪਰਿਵਾਰ ਨੂੰ ਹੀ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਮਾਤਾ ਪਿਤਾ ਅਤੇ ਧੀ ਸੜਕ ਦੇ ਕਿਨਾਰੇ ਖੜ੍ਹੇ ਸੀ, ਪਰ ਇੱਕ ਕਾਰ ਬੇਕਾਬੂ ਹੋ ਕੇ ਆਉਂਦੀ ਹੈ ਅਤੇ ਆਉਂਦੇ ਸਾਰ ਹੀ ਉਹਨਾਂ ਨੂੰ ਕੁਚਲ ਕੇ ਰੱਖ ਦਿੰਦੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮਾਂ ਅਤੇ ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਤਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਪੂਰੇ ਪਰਿਵਾਰ ਨੂੰ ਹੀ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਇਹ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੀ, ਪਰ ਸੜਕ ਦੇ ਕਿਨਾਰੇ 'ਤੇ ਖੜ੍ਹਾ ਸੀ, ਜਿਸ ਤੋਂ ਬਾਅਦ ਇੱਕ ਬੇਕਾਬੂ ਹੋ ਕੇ ਕਾਰ ਆਉਂਦੀ ਹੈ ਅਤੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਇਹਨਾਂ ਦਾ ਬਾਈਕ ਅਤੇ ਕਾਰ ਵੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ। ਫਿਲਹਾਲ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਇਹ ਹਾਦਸਾ ਮੋਗਾ ਦੇ ਵਿੱਚ ਵਾਪਰਿਆ। ਉਹ ਮੇਰਾ ਮੁੰਡਾ ਸੀ, ਇੱਕ ਨੌਂ ਸੀਗੀ, ਇੱਕ ਪੋਤੀ ਸੀਗੀ, ਅਤੇ ਉਹ ਜਿਹੜੇ ਸਵੇਰੇ ਜਾ ਰਹੇ ਸੀਗੇ ਸਟੋਬਰੀ ਵਾਲੇ ਦੇ, ਜਾ ਕੇ ਉਹ ਖੜ੍ਹ ਗਏ, ਉਹ ਖੇਤ ਕੋਲ ਖੜ੍ਹ ਗਏ। ਉੱਧਰੋਂ ਮਾਲਕ ਆਇਆ ਅਤੇ ਉਦੋਂ ਗੱਡੀ ਆ ਗਈ, ਗੱਡੀ ਆਉਂਦੀ ਸੀ ਬਹੁਤ ਤੇਜ਼, ਅਤੇ ਉਹਨੇ ਸਰਾ ਜੀ ਉਦੋਂ ਪਤਾ ਲੱਗਾ, ਚੱਕ ਲਿਆ ਉਹਨਾਂ ਨੂੰ। ਕਾਹਦੇ 'ਤੇ ਸੀਗੇ? ਮੋਟਰਸਾਈਕਲ 'ਤੇ ਜੀ। ਖੜ੍ਹਾ ਸੀਗਾ ਉੱਥੇ ਮੋਟਰਸਾਈਕਲ? ਹਾਂਜੀ ਹਾਂ, ਮੋਟਰਸਾਈਕਲ ਖੜ੍ਹੇ ਸੀ, ਪਾਸੇ ਡੀਕਦੇ ਸੀਗੇ। ਕਿੰਨੇ ਜਣਿਆਂ ਦੀ ਮੌਤ ਹੋਈ ਹੈ ਜੀ? ਦੋਵਾਂ ਦੀ ਹੋਈ ਹੈ ਜੀ। ਕਿਹਦੀ ਹੋਈ ਹੈ? ਨੌਂ ਦੀ ਅਤੇ ਪੋਤੀ ਦੀ। ਪੋਤੀ ਦੀ ਮੌਤ ਜਿਹੜੀ ਪਹਿਲਾਂ ਹੋ ਗਈ? ਹਾਂ, ਪੋਤੀ ਦੀ ਪਹਿਲਾਂ ਹੋ ਗਈ, ਮੌਕੇ 'ਤੇ ਨੌਂ ਦੀ ਬਾਤ ਹੋਈ ਹੈ, ਅਤੇ ਮੁੰਡਾ ਮੇਰਾ ਜਣੇ ਦਾਖਲ ਹੈ ਬਠਿੰਡੇ। ਕਾਰ ਵਾਲਾ ਫੜਿਆ ਗਿਆ ਜੀ? ਹਾਂਜੀ, ਕਾਰ ਵਾਲਾ ਫੜਿਆ ਗਿਆ। ਕਾਰ ਵਾਲਾ ਫੜਿਆ, ਮਾਲਕ ਤਾਂ ਨਹੀਂ, ਜਦ ਫੜੇ ਗਏ
ਗੱਡੀ ਫੜੀ ਛੱਡ ਕੇ ਭੱਜ ਗਏ ਗੱਡੀ।